ਤਾਂ ਹਾਂਜੀ ਦੋਸਤੋ, ਇੱਕ ਦੋ ਨਵੀਂ ਅਪਡੇਟਸ ਤੁਹਾਡੇ ਲਈ ਲੈ ਕੇ ਆਏਂਗੇ। ਤਾਂ ਸਭ ਤੋਂ ਪਹਿਲੀ ਅਪਡੇਟ ਦੀ ਗੱਲ ਕਰੀਏ ਤਾਂ ਕਰਨ ਔਜਲੇ ਦਾ ਜਿਹੜਾ 18 ਦਸੰਬਰ ਨੂੰ ਦਿੱਲੀ ਦੇ ਵਿੱਚ ਲਾਈਵ ਸ਼ੋਅ ਹੋਣਾ ਸੀਗਾ, ਉਹ ਹੁਣ ਇੱਕ ਦਿਨ ਪਹਿਲਾਂ ਹੋਵੇਗਾ, ਜਾਣੀ ਕਿ 17 ਦਸੰਬਰ ਨੂੰ। ਤੇ ਅੱਗੇ ਵਧਦੇ ਹੋਏ ਗੱਲ ਕਰੀਏ ਜੇਕਰ ਅਰਜਨ ਢਿੱਲੋਂ ਬਾਰੇ, ਤਾਂ ਅਰਜਨ ਢਿੱਲੋਂ ਨੇ ਆਪਣੀ ਪਤੰਦਰ ਐਲਬਮ ਬਾਰੇ ਵੱਡੀ ਅਪਡੇਟ ਸਾਂਝਾ ਕਰ ਦਿੱਤੀ ਹੈ, ਜਿੱਥੇ ਉਹਨੇ ਦੱਸਿਆਗਾ ਵੀ ਇਸ ਐਲਬਮ ਦੇ ਵਿੱਚ 16 ਟਰੈਕਸ ਉਹ ਹੋਣ ਵਾਲੇ ਨੇ। ਤੇ ਇਸ ਐਲਬਮ ਦੇ ਰਿਲੀਜ਼ ਹੋਣ ਤੋਂ ਬਾਅਦ ਅਰਜਨ ਢਿੱਲੋਂ ਇਦਾਂ ਦਾ ਆਰਟਿਸਟ ਬਣ ਜਾਵੇਗਾ ਜਿਹਦੇ ਕਿ 2024 ਦੇ ਵਿੱਚ 50 ਤੋਂ ਵੀ ਵੱਧ ਗਾਣੇ ਉਹ ਰਿਲੀਜ਼ ਹੋਏ ਹੋਣ। ਤਾਂ 50 ਗਾਣੇ ਕਿਵੇਂ ਬਣਦੇ ਨੇ ਉਹ ਵੀ ਤੁਹਾਨੂੰ ਦੱਸ ਦਿਆਂਗੇ। ਤਾਂ ਅਰਜਨ ਢਿੱਲੋਂ ਦੀ ਚੋਬਰ ਐਲਬਮ ਰਿਲੀਜ਼ ਹੋਈ ਸੀ ਫਰਵਰੀ ਮਹੀਨੇ ਦੇ ਵਿੱਚ, ਜਿਹਦੇ ਵਿੱਚ ਕਿ 14 ਗਾਣੇ ਸੀਗੇ। ਤੇ ਉਸ ਤੋਂ ਬਾਅਦ ਅਰਜਨ ਢਿੱਲੋਂ ਦੀ ਇੱਕ ਮੈਨੀਫੈਸਟ ਈਪੀ ਰਿਲੀਜ਼ ਹੋਈ ਜਿਹਦੇ ਵਿੱਚ 6 ਗਾਣੇ ਸੀ। ਤੇ ਇਸ ਦੇ ਨਾਲ ਹੀ ਅਰਜਨ ਢਿੱਲੋਂ ਦੇ 3-4 ਗਾਣੇ ਸਿੰਗਲ ਟਰੈਕ ਰਿਲੀਜ਼ ਹੋ ਚੁੱਕੇ ਨੇ, ਜਿਹੜੇ ਕਿ ਪਹਿਲਾਂ ਲੀਕ ਹੋ ਗਏ, ਬਾਅਦ ਦੇ ਵਿੱਚ ਅਰਜਨ ਢਿੱਲੋਂ ਦੇ ਵੱਲੋਂ ਉਹਨਾਂ ਨੂੰ ਅਫੀਸ਼ਲੀ ਰਿਲੀਜ਼ ਕਰ ਦਿੱਤਾ ਗਿਆ। ਤੇ ਉਸ ਤੋਂ ਬਾਅਦ ਨਿਮਰਤ ਖਹਿਰਾ ਦੀ ਐਲਬਮ ਰਿਲੀਜ਼ ਹੋਈ ਜਿਹਦੇ ਵਿੱਚ ਕਿ ਅਰਜਨ ਢਿੱਲੋਂ ਦੇ ਲਿਖੇ ਹੋਏ 11 ਗਾਣੇ ਸੀ। ਤੇ ਹੁਣ ਅਰਜਨ ਢਿੱਲੋਂ ਦੀ 16 ਗਾਣੇ ਦੀ ਐਲਬਮ ਆ ਰਹੀ ਹੈ ਤੇ ਹਲੇ ਸਾਲ ਖਤਮ ਨਹੀਂ ਹੋਇਆ, ਤੇ ਹੋ ਸਕਦਾ ਬਿਲਕੁਲ ਆਖਿਰ ਤੱਕ ਅਰਜਨ ਢਿੱਲੋਂ 1-2 ਗਾਣੇ ਹੋਰ ਰਿਲੀਜ਼ ਕਰ ਦਿੱਤੇ। ਤਾਂ ਇਸ ਤਰ੍ਹਾਂ 52 ਗਾਣੇ ਬਣ ਜਾਣਗੇ ਇਸ ਸਾਲ ਦੇ ਆਖਿਰ ਤੱਕ ਜਿਹੜੇ ਅਰਜਨ ਢਿੱਲੋਂ ਦੇ 2024 ਦੇ ਵਿੱਚ ਰਿਲੀਜ਼ ਹੋਏ ਨੇ। ਤਾਂ ਇਸ ਤੋਂ ਪਤਾ ਲੱਗਦਾ ਵੀ ਅਰਜਨ ਢਿੱਲੋਂ ਕੋਲ ਗਾਣਿਆਂ ਦੀ ਕੋਈ ਘਾਟ ਨਹੀਂ, ਤੇ ਗਾਣੇ ਸਿਰਫ ਇਹ ਨਾਮ ਦੀ ਨਹੀਂ ਹੈਗੇ, ਕਿਉਂਕਿ ਤੁਹਾਨੂੰ ਵੀ ਪਤਾ ਵੀ ਅਰਜਨ ਢਿੱਲੋਂ ਦੇ ਲਿਰਿਕਸ ਅਤੇ ਵੋਕਲਸ ਦਾ ਅਲੱਗ ਹੀ ਲੈਵਲ ਹੈ। ਲਾਸਟ ਅਪਡੇਟ ਦੀ ਗੱਲ ਕਰੀਏ ਤਾਂ ਹਨੀ ਸਿੰਘ ਕੱਲ੍ਹ ਰਾਤ ਫਿਰ ਤੋਂ ਆਪਣੇ ਇੰਸਟਾਗ੍ਰਾਮ ਤੇ ਲਾਈਵ ਆਇਆ, ਤੇ ਜਿਹਦੇ ਵਿੱਚ ਉਹਨੇ ਕਰਨ ਔਜਲੇ ਬਾਰੇ ਫਿਰ ਤੋਂ ਗੱਲਬਾਤ ਕੀਤੀ। ਤੇ ਜੇਕਰ ਤੁਸੀਂ ਉਹ ਵੀਡੀਓ ਨਹੀਂ ਵੇਖੀ ਤਾਂ ਆਪਣੇ ਅੱਗੇ ਐਡ ਕਰਤੀ, ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹੋਰ ਵੀਡੀਓਜ਼ ਦੇਖਣ ਦੇ ਲਈ। ਬੜੇ ਸਾਰੇ ਆਰਟਿਸਟ ਨੇ ਮੇਰੇ ਹਿਸਾਬ ਨਾਲ, ਕਰਨ ਵੀ ਉੱਥੇ ਹੀ ਰਹਿੰਦਾ ਸੀਗਾ। Karan Ojala is amazing, such a sweetheart.